ਆ ਵੀਡੀਓ ਜਿਸ ਵਿੱਚ ਬੇਸਿਕ ਇਨਫੋਰਮੇਸ਼ਨ ਪੀਐਸਟ 2024 ਬੇਸਿਕ ਇਨਫੋਰਮੇਸ਼ਨ ਤੁਹਾਡੇ ਸਵਾਲ ਤੇ ਸ਼ੰਕੇ ਕੀਤੇ ਗਏ ਸੀ ਉਹਦੇ ਵਿੱਚ ਤੁਹਾਡੇ ਦਵੱਲੋਂ ਕੀਤੇ ਕਿ ਕਮੈਂਟਸ ਤੇ ਜਵਾਬ ਇਸ ਵੀਡੀਓ ਵਿੱਚ ਦੇ ਰਿਹਾ ਹਾਂ ਆ ਮਾਸਟਰ ਕੈਡਰ ਬਾਰੇ ਵੀ ਦੱਸ ਦਿਓ ਹਜੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈ ਇਲੈਕਸ਼ਨ ਤੋਂ ਬਾਅਦ ਤੀਹ ਸਮੱਸਿਆ ਹੋਏਗੀ ਜੋ ਵੀ ਹੋਏਗਾ ਸਰ ਜੇ ਪੰਜਾਬੀ ਦਾ ਪੇਪਰ ਦੇਣਾ ਹੋਵੇ ਤਾਂ 60 ਕੁਐਸਚਨ ਪੰਜਾਬੀ ਦੇ ਆਉਣਗੇ ਇਗਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅ ਤੁਸੀਂ ਸਟਰੀਮ ਸਿਲੈਕਟ ਕਰਨੀ ਹੈ ਇੱਥੇ ਮੈਂ ਪਿਛਲੇ ਵੀਡੀਓ ਵਿੱਚ ਵੀ ਇੱਕ ਦੱਸਿਆ ਹੈ ਕਿ ਤੁਸੀਂ ਇਹਨਾਂ ਵਿੱਚੋਂ ਸਟਰੀਮ ਸਿਲੈਕਟ ਕਰਨੀ ਹੈ ਉਹ ਸਟਰੀਮ ਕਿਹੜੀ ਹੈ ਆਪਸ਼ਨ ਪੰਜਾਬ ਪੀਐਸ ਸਟ੍ਰੈਟਜੀਆ ਪੰਜਾਬ ਗਵਰਨਮੈਂਟ ਦੇ ਸਕੂਲਾਂ ਵਿੱਚ ਜਦੋਂ ਤੁਸੀਂ ਲੱਗਣਾ ਹੈ ਉਹ ਆਪਸ਼ਨ ਕੀ ਦੇ ਰਹੇ ਨੇ ਉਹ ਮੈਥ ਸੇ ਸਾਇੰਸ ਦੀ ਦੇ ਰਹੇ ਨੇ ਸੋਸ਼ਲ ਸਟੱਡੀਜ਼ ਦੀ ਜਾਂ ਸੋਸ਼ਲ ਸਾਇੰਸ ਦੀ ਦੇ ਰਹੇ ਨੇ ਆਰਟ ਕraft ਦੀ ਦੇ ਰਹੇ ਨੇ ਫਿਜ਼ੀਕਲ ਐਜੂਕੇਸ਼ਨ ਦੀ ਹੋਮ ਸਾਇੰਸ ਦੀ ਆ ਉਰਦੂ ਹੈ 뮤זיਕ ਹੈ ਸੰਸਕ੍ਰਿਤ ਹੈ ਹਨਾ ਜੇ ਕੋਈ ਹੋਰ ਆਪਸ਼ਨ ਬੰਦੀ ਹੈ ਤਾਂ ਉਹ ਕਹਿੰਦੇ ਪਹਿਲੇ ਤੇ ਦੂਜੇ ਚੋਂ ਚੂਸ ਕੀਤਾ ਜਾਵੇ ਇਹ ਹੀ ਸਿਰਫ ਆਪਸ਼ਨ ਬੰਦੀਆਂ ਹਨ ਅ ਸੋ ਤੁਹਾਡਾ ਕੁਐਸਚਨ ਜਿਹੜਾ ਹੈ ਉਹ ਕੀ ਹੈ ਇਸ ਨੂੰ ਰੱਬ ਕਰਦੇ ਆ ਆ ਲੋ ਆ ਕੁਐਸਚਨ ਹੈ ਕਿ ਸੌਰੀ ਇਹ ਇੱਥੇ ਆਣੇ ਹਨ ਇਸ ਨੂੰ ਥੋੜਾ ਵੱਡਾ ਕਰ ਲਈਏ ਹਨਾ ਹੁਣ ਤੁਸੀਂ ਇਹ ਪੁੱਛਦੇ ਹੋ ਕਿ 60 ਕੁਐਸਚਨ ਕਿਹਦੇ ਆਣੇ ਹਨ ਜੋ ਪਿੱਛੇ ਦੱਸ ਕੇ ਆਇਆ 60 ਕੁਐਸਚਨ ਇਹਨਾਂ ਦੇ ਹੀ ਆਣੇ ਹਨ ਬਾਕੀ ਇਹ ਇਹ ਕੁੱਲ ਜਿਹੜੇ ਹੋਣੇ ਨੇ ਤੁਹਾਡੇ ਇਹ ਫਰਸਟ ਸੀ ਡੀ ਪੀ ਦੇ 30 ਕੁਐਸਚਨ ਹੈ ਨਾ ਐਲ 1 ਲਿਖਿਆ ਹੈ ਲੈਂਗੁਏਜ 1 ਤੇ ਲੈਂਗੁਏਜ 2 ਲੈਂਗੁਏਜ 2 ਜਿਹੜੀ ਕੀ ਪੰਜਾਬੀ ਤੇ ਇੰਗਲਿਸ਼ ਪੀ ਐਸਟੈਟ ਵਿੱਚ ਹੋਏਗੀ सीटेट ਵਿੱਚ ਬਦਲ ਜਾਏਗੀ ਸੋ ਇੱਥੇ ਤੁਸੀਂ ਮੰਨ ਲਓ ਸੋਸ਼ਲ ਸਾਇੰਸ ਸਟਰੀਮ ਲਏ ਇਸ ਦੇ 60 ਕੁਐਸਚਨ ਆਏ ਸੋ ਤੁਹਾਡੇ ਇਹੀ 60 ਕੁਐਸਚਨ ਆਣੇ ਹਨ ਪੰਜਾਬੀ ਦੇ ਇੱਥੇ 30 ਸਭ ਨੂੰ ਹੀ ਦੇਣੇ ਪੈਣੇ ਹਨ ਇੰਗਲਿਸ਼ ਦੇ ਵੀ ਸਭ ਨੂੰ 30 ਦੇਣੇ ਪੈਣੇ ਹਨ ਇਟ ਮੀਨਸ ਇਹ 1 ਤੋਂ ਲੈ ਕੇ 90 ਤੱਕ 1 ਤੋਂ ਲੈ ਕੇ 90 ਤੱਕ ਕੰਪਲਸਰੀ ਤੁਹਾਡੇ ਲਈ ਕੁਐਸਚਨਾਂ ਦੇ ਆਨਸਰ ਦੇਣੇ ਹਨ ਔਰ ਇਹਦੇ ਵਿੱਚ CDPE ਪੰਜਾਬੀ ਇੰਗਲਿਸ਼ ਹੈ ਲੈਂਗੁਏਜ ਆ ਗਈ ਹੈ ਜੇ ਤੁਸੀਂ ਪੰਜਾਬੀ ਦੇ ਟੀਚਰ ਲੱਗਣਾ ਹੈ ਤੇ ਇੱਥੇ 60 ਕੁਐਸਚਨਾਂ ਦਾ ਜਵਾਬ ਦੇਣਾ ਨਹੀਂ ਬੰਦਾ ਤੁਸੀਂ SST ਦੇ ਨਾਲ ਹੀ ਪੀਐਸਟੈਟ ਕਲੀਅਰ ਕੀਤਾ ਹੈ ਤੇ ਪੰਜਾਬੀ ਦੀ ਪੋਸਟ ਦੀ ਅਪਲਾਈ ਕਰਨਾ ਚਾਹੁੰਦੇ ਹੋ ਬਸ਼ਰਤੇ ਕਿ ਇਲੈਕਟਿਵ ਪੰਜਾਬੀ ਤੁਸੀਂ ਗ੍ਰੈਜੂਏਸ਼ਨ ਵਿੱਚ ਪੜ੍ਹੀ ਹੋਈ ਹੈ ਉਹਨੇ ਮਾਰਕਸ ਹਨ ਬਾਕੀ ਕੰਡੀਸ਼ਨਾਂ ਪੂਰੀਆਂ ਕਰਦੇ ਹੋ ਤਾਂ ਪੰਜਾਬੀ ਦਾ ਦੇ ਸਕਦੇ ਹੋ ਇਸੇ ਤਰ੍ਹਾਂ ਇੰਗਲਿਸ਼ ਦਾ ਵੀ ਦੇ ਸਕਦੇ ਹੋ ਇਸ ਤਰ੍ਹਾਂ ਹਿੰਦੀ ਦਾ ਵੀ ਦੇ ਸਕਦੇ ਹੋ ਬੇਸ਼ੱਕ ਤੁਸੀਂ ਐਸਐਸਟੀ ਵਿੱਚ ਕੀਤਾ ਹੋਇਆ ਹੈ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਸੋ ਲੈਂਗੁਏਜ ਦੇ ਬਾਰੇ ਸਿਰਫ ਦੋ ਹੀ ਹੈ ਉਰਦੂ ਤੇ ਇਥੇ ਗੱਲ ਪਿਛਲੀ ਵੀਡੀਓ ਚ ਹੋਈ ਹੈ ਉਰਦੂ ਤੇ ਸੰਸਕ੍ਰਿਤ है ना जिड़ी कि पोस्टा भी बहुत घट्टिया और कैंडीडेट भी घट होंगे सो ये कन्फ्यूजन इतने दूर कर लेनी चाहिए थी है कि तीस स्ट्रीम चूज़ करनी है लैंगुएज अपने आप एलिजिबल हो जाना है उर्दू तो संस्कृत को छिना मेरा कॉम्बीनेशन मैथ कंप्यूटर सैंस है हाँ मेरा थर्टी मार्क्स मैथ थर्टी मार्क्स कंप्यूटर साइंस आना है ए फे फिर फिर उही क्वेश्चन है आ, मैं पिछले वीडियो भी दस्यास इतने वापस आ जाने ਅੱਗੇ ਚੱਲਦੇ ਹਾਂ ਰੰਗ ਵੀ ਬਦਲ ਲੈਣੇ ਹਾਂ ਵਾਈਟ ਲੈ ਲੈਣੇ ਹਾਂ ਅ ਸੀ ਡੀ ਪੀ ਵੀ ਹੋ ਗਿਆ 30 ਓਕੇ ਐਲ 1 ਵੀ ਹੋ ਗਿਆ 30 ਐਲ ਲੈਂਗੁਏਜ 2 ਜਿਹੜੀ ਪਿੱਛੇ ਡਿਸਕਸ ਕਰ ਗਏ ਆ 30 ਹੁਣ ਤੁਸੀਂ ਤੁਹਾਡਾ ਹੈ ਮੈਥਸ ਕੰਪਿਊਟਰ ਦਾ ਕੰਪਿਊਟਰ ਦੀ ਕੋਈ ਵੀ ਆਪਸ਼ਨ ਨਹੀਂ ਹੈ ਮੈਥਸ ਦੀ ਆਪਸ਼ਨ ਹੈ ਜੇ ਤੁਸੀਂ ਮੈਥਸ ਨੂੰ ਚੂਜ਼ ਕਰਦੇ ਹੋ ਤਾਂ 60 ਕੁਐਸਚਨ ਦੇ ਜਵਾਬ ਦੇਣੇ ਹਨ 60 ਦੇ ਵਿੱਚੋਂ ਆ ਇਹ ਦੇਖੋ 15 ਕੁਐਸਚਨ ਪੈਡਾਗੋਜੀ ਦੇ ਹੋਗੇ ਪੈਡਾਗੋਜੀ ਆਫ ਮੈਥਮੈਟਿਕਸ ਐਂਡ ਸਾਇੰਸ ਔਰ ਜਿਹੜੇ ਬਾਕੀ 45 ਕੁਐਸਚਨ ਨੇ ਉਹ ਲਗਭਗ ਅੱਧੇ ਅੱਧੇ ਹੋ ਜਾਣਗੇ ਫੋਰ ਏਗਜ਼ਾਮਪਲ 22 ਕੁਐਸਚਨ 23 ਕੁਐਸਚਨ ਇਹ ਕਾਦੇ ਹੋਣਗੇ ਇਹ ਮੈਥਸ ਦੇ ਐਮ ਇੱਥੇ ਲਿਖ ਦਿੱਤਾ ਔਰ ਇਹ ਸਾਇੰਸ ਦੇ ਫਿਰ ਤੁਹਾਨੂੰ ਇਹ ਇਹ ਜਿਹੜੇ ਹੈ ਕੁਐਸਚਨਾਂ ਦੇ ਜਵਾਬ ਦੇਣੇ ਪੈਣਗੇ ਜੇ ਤੁਸੀਂ ਸੋਸ਼ਲ ਸਾਇੰਸ ਲੈਂਦੇ ਹੋ ਤਾਂ ਹਿਸਟਰੀ ਜੀਓਗ੍ਰਾਫੀ ਪੋਲੀਟੀਕਲ ਸਾਇੰਸ ਉਹਦੇ ਵਿੱਚੋਂ ਜਵਾਬ ਦੇਣੇ ਪੈਣਗੇ ਕੰਪਿਊਟਰ ਸਾਇੰਸ ਨਹੀਂ ਹੁੰਦਾ ਸੋ ਤੁਹਾਡਾ ਥੋੜਾ ਜਿਹਾ ਆਡ ਜਿਹੜਾ ਹੈ ਕਨਫਿਊਜ਼ਨ ਵਾਲਾ ਤੁਹਾਡੇ ਲਈ ਹੈ ਕਿ ਤੁਸੀਂ ਇਹ 22 ਜਾਂ 23 ਜਾਂ 20 ਕੁਐਸਚਨ ਜਿਹੜੇ ਸਾਇੰਸ ਦੇ ਪਿੱਛੇ ਜਾਂਦੇ ਹਨ ਉਹ ਤੁਹਾਨੂੰ ਕੰਪਲਸਰੀ ਦੇਣੇ ਪੈਣਗੇ ਦੂਸਰਾ ਤੁਸੀਂ ਆਪਸ਼ਨ ਐਸਐਸਟੀ ਲੈ ਸਕਦੇ ਹੋ ਪਰ ਪਿਛਲੀ ਵੀਡੀਓ ਵਿੱਚ ਮੈਂ ਦੱਸ ਕੇ ਆਇਆ ਹਾਂ ਕਿ ਜੇ ਤੁਸੀਂ ਐਸਐਸਟੀ ਲੈਂਦੇ ਹੋ ਜੇ ਕੋਈ ਕੋਰਟ ਕੇਸ ਹੁੰਦਾ ਹੈ ਹਨਾ ਤੇ ਉਹਦੇ ਉਹਦਾ ਜੇ ਡਿਸੀਜਨ ਇਧਰ ਜਾਂ ਉਧਰ ਹੁੰਦਾ ਹੈ ਉਹ ਮੈਨੂੰ ਵੀ ਨਹੀਂ ਪਤਾ ਕੀ ਹੋ ਸਕਦਾ ਹੈ ਸੋ ਤੁਸੀਂ ਪੀਐਸਟੈਟ ਐਸ3 ਐਸਐਸਟੀ ਨਾਲ ਵੀ ਦੇ ਸਕਦੇ ਹੋ ਬਸ਼ਰਤੇ ਇੱਥੇ ਮੈਂ ਤੁਹਾਨੂੰ ਦੱਸਦਾ ਹਾਂ ਹਾਂ ਕਿ ਇੱਥੇ ਲਿਖਿਆ ਹੈ ਫਾਰ ਐਨੀ ਅਦਰ ਟੀਚਰ ਹਨਾ ਕੰਪਿਊਟਰ ਸਾਇੰਸ ਦੇ ਟੀਚਰ ਲੱਗਣਾ ਹੈ ਤਾਂ ਤੁਸੀਂ ਐਨਐਚਓ ਐਸਐਸਟੀ ਦੇ ਸਕਦੇ ਹੋ ਸੋ ਮੈਥ ਦੇ ਲੱਗਣਾ ਹੈ ਇਹ ਇੱਥੇ ਮੈਥ ਇੱਥੇ ਲਿਖਿਆ ਹੈ ਇਸ ਲਈ ਤੁਹਾਨੂੰ ਮੈਥ ਦੇਣਾ ਪਏਗਾ ਪਰ ਨਾਲ ਸਾਇੰਸ ਦੇ ਤੀ ਏ ਵੀ ਕੁਐਸਚਨ 23 ਕੁਐਸਚਨ 22 ਕੁਐਸਚਨ ਦੇ ਹੱਲ ਦੇਣੇ ਪੈਣਗੇ ਇਸ ਲਈ ਤੁਹਾਡਾ ਥੋੜਾ ਜਿਹਾ ਇਹ ਮਾਮਲਾ ਕ੍ਰਿਟੀਕਲ ਹੈ ਕਿਉਂਕਿ ਤੁਹਾਨੂੰ ਸਾਇੰਸ ਪੜ੍ਹਨੀ ਪਵੇਗੀ ਵਾਪਸ ਚਲਦੇ ਹਾਂ ਸਰ ਕੀ ਐਗਜ਼ਾਮ ਦੇਣ ਲਈ ਪੰਜਾਬੀ ਕਾ ਐਗਜ਼ਾਮ ਦੇਣਾ ਇੰਪੋਰਟੈਂਟ ਹੈ ਬਿਲਕੁਲ ਨਹੀਂ ਅਲੱਗ ਚੀਜ਼ਾਂ ਹਨ ਤੁਹਾਡਾ ਪੀਐਸਟੈਟ ਵਿਲੇ ਕੋਈ ਵੀ ਇਹ ਨਹੀਂ ਚੈੱਕ ਕੀਤਾ ਜਾਂਦਾ ਕਿ ਤੁਸੀਂ 10th ਵਿੱਚ ਪੰਜਾਬੀ ਪਾਸ ਕੀਤੀ ਹੋਈ ਹੈ ਚੈੱਕ ਕੀ ਕੀਤਾ ਤੁਹਾਨੂੰ 30 ਕੁਐਸਚਨ ਪੰਜਾਬੀ ਦੇ ਉਹਨਾਂ ਨੇ ਪੁੱਛ ਲੈਣੇ ਆ ਉਹ ਕੰਪਲਸਰੀ ਨੇ ਤੁਹਾਡੇ ਹਨਾ ਪੰਜਾਬੀ ਹੋ ਗਿਆ ਲੇਕਿਨ ਜਦੋਂ ਤੁਸੀਂ ਜੌਬ ਲਈ ਜਾਂਦੇ ਹੋ ਜੌਬ ਰਿਕਰੂਟਮੈਂਟ ਅਪਲਾਈ ਕੀਤਾ ਉੱਥੇ ਉਹ ਕੰਡੀਸ਼ਨਾਂ ਵਿੱਚ ਪੰਜਾਬੀ 10th ਤੱਕ ਪੜ੍ਹੀ ਹੋਈ ਹੋਣੀ ਚਾਹੀਦੀ ਹੈ ਇਟ ਮੀਨ ਪੀਐਸਟੈਟ ਹੁਣ ਤੁਸੀਂ ਦੇ ਦਿਓ ਤਾਂ 10th ਦਾ ਪੰਜਾਬੀ ਦਾ ਪੇਪਰ ਬਾਅਦ ਵਿੱਚ ਦੇ ਸਕਦੇ ਹੋ ਅਜਿਹਾ ਪੋਸੀਬਲ ਹੈ ਸਰ ਮਾਈ ਸੈਕੰਡ ਸੈਮ ਹੈਜ਼ ਸਟਾਰਟਡ ਬਿਫੋਰ 15 ਡੇ ਕੈਨ ਆ ਅਪੀਅਰ ਹਾਂਜੀ ਸੈਕੰਡ ਸੈਮ ਸਟਾਰਟ ਹੈ ਫਰਸਟ ਵਾਲੇ ਵੀ ਦੇ ਸਕਦੇ ਹੋ ਤੁਸੀਂ 100% ਦੇ ਸਕਦੇ ਹੋ ਸੀਟੈਟ ਵੀ ਜ਼ਰੂਰੀ ਹੈ ਕਿ ਪੀਐਸਟੈਟ ਐਗਜ਼ਾਮ ਕੇ ਨਹੀਂ ਪਤਾ ਚੱਲਾ ਸੀਟੈਟ ਵੀ ਜ਼ਰੂਰੀ ਹੈ ਕਿ ਪੀਐਸਟੈਟ ਐਗਜ਼ਾਮ ਕੇ ਲਈ नहीं 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 दोनों अलग अलग हैं अगर आप सी में जाते हो तो सेंट्रल गवर्नमेंट की जो केंद्रीय विद्यालय में पोस्ट निकलती है आ, जो नवोद्या विद्यालय में पोस्ट निकलती है उनके लिए एलिजिबिलिटी बनती है सीबीएसई के प्राइव प्राइवेट स्कूल आपके स्टेट में है उनमें भी एलिजिबिलिटी बनती है अगर पी एस के लिए जाते हो तब पंजाब गवर्नमेंट की जो गवर्नमेंट जॉब है जो पंजाब स्कूल एजुकेशन बोर्ड के साथ एफिलेटेड स्कूल है उनमें टीचर लगना है तो वहाँ पर ये जरूरी है आपके लिए पी है ना आगे चलते हैं नेक्स्ट क्वेश्चन है जो पी एस टेट वाला है थैंक यू सर इन आई हैव वन क्वेश्चन माई स्टडिंग आई एम स्टडिंग इन बी एड फर्स्ट ईयर एंड आई हैव क्लियर्ड ओके सी एग्जाम दिस ईयर डू माई सीटेट सर्टिफिकेट इज़ वैलिड फॉर जॉब बिल्कुल है बिकॉज सम ऑफ माई टीचर सम ऑफ माई टीचर्स को आप जो पिछली वीडियो है उसको नोटिफिकेशन दिखाओ ना Some of my videos को uh, teachers को सर टू मी दैट आई हैव टू गिव दिस as it will valid only if give it in final exam ऐसा कुछ नहीं है तो आप टीचर को भी टीच कर सकते हो कोई बात नहीं है आप सुप्रीम कोर्ट एन का वो पढ़ो जो लिखा हुआ है पिछली वीडियो में बताया है सर मैं बी एड हिस्ट्री एंड जोग्राफी क्या मैं Uh, क्या है एस एस टी का कॉम्बिनेशन हाँ बिल्कुल आप हिस्ट्री है जोग्राफी है बेस्ट बन रहा है आपका एस एस टी स्ट्रीम लोगे आप सर मैं हिमाचल से हूँ मेरा ग्रेजुएशन में पंजाबी पढ़ी uh, है जी एन डी यू से क्या मैं ये पेपर दे सकती हूँ बिल्कुल आप पेपर ये दे सकते हो इसके रिलेटेड और भी कोई क्वेश्चन है पूछ सकते हो लर्न टू एक्चुअली डॉक्टर तीरथ सिंह थैंक यू